ਨਮਸਕਾਰ ਦੋਸਤੋ ਮੈਂ ਹਾਤੜਾ ਦੋਸਤ ਮਨੂ ਮੋੜ ਦੇਖੋ ਵਾਰਡ ਅਟੈਂਡੈਂਟ ਦੇ ਐਗਜ਼ਾਮ ਵਿੱਚ ਕਾਫੀ ਘੱਟ ਟਾਈਮ ਆਪਣੇ ਕੋਲ ਰਹਿ ਚੁੱਕਾ ਹੈ ਹੁਣ ਤੁਹਾਨੂੰ ਰੈਗੂਲਰਲੀ ਹੀ ਡੇਲੀ ਮੈਂ ਤਿੰਨ ਕਲਾਸਿਸ ਇੰਪੋਰਟੈਂਟ ਕੁਐਸਚਨ ਨਾਲ ਰਿਲੇਟਡ ਤਿੰਨ ਕਲਾਸਿਸ ਮੈਂ ਆਪਣੇ ਚੈਨਲ ਤੇ ਪ੍ਰੋਵਾਈਡ ਕਰਵਾ ਦਿਆ ਕਰਾਂਗਾ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਮੈਂ WhatsApp ਗਰੁੱਪ ਦਾ ਇੱਕ ਲਿੰਕ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਸੀਂ WhatsApp ਗਰੁੱਪ ਨੂੰ ਜੁਆਇਨ ਕਰ ਲਵਾਂਗੇ ਉਸ ਗਰੁੱਪ ਵਿੱਚ ਮੈਂ ਹਰ ਆਪਣੀ ਲੇਟੈਸਟ ਕਲਾਸ ਉਹ ਕੀ ਜਿਹੜੀ ਵੀ ਇੰਪੋਰਟੈਂਟ ਕੁਐਸਚਨਾਂ ਦੀ ਕਲਾਸ ਹੋਵੇ एग्जाम ਦੇ ਪੁਆਇੰਟ ਆਫ ਵਿਊ ਨਾਲ ਉਸ ਦਾ ਲਿੰਕ ਮੈਂ ਉਸ ਵਿੱਚ ਸ਼ੇਅਰ ਕਰਾਂਗਾ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਜਿਹੜੇ ਕੀ ਆਨਲਾਈਨ ਕਲਾਸ ਦਾ ਇੱਕ ਲਿੰਕ ਮਿਲਦਾ ਰਹੇ ਤੇ ਤੁਸੀਂ ਈਜ਼ੀਲੀ ਉਸ ਨੂੰ ਪ੍ਰਪੇਅਰ ਕਰਕੇ ਚੰਗੇ ਤਰ੍ਹਾਂ ਆਪਣੀ एग्जाम ਦੀ ਤਿਆਰੀ ਨੂੰ ਕਰ ਸਕੋ ਓਕੇ ਦੋਸਤੋ ਜੇ एग्जाम ਦੀ ਤਿਆਰੀ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਜਾ ਕੇ WhatsApp ਗਰੁੱਪ ਨੂੰ ਇੱਕ ਵਾਰ ਜ਼ਰੂਰ ਜੁਆਇਨ ਕਰ ਲਓ ਤੁਹਾਨੂੰ ਫ੍ਰੀ ਆਫ ਕੋਸਟ ਕਲਾਸੇਸ ਗਰੁੱਪ ਵਿੱਚ ਮਿਲਦੀਆਂ ਰਹਿਣਗੇ ਐਂਡ ਇਸ ਤੋਂ ਇਲਾਵਾ ਕਾਫੀ ਕਲਾਸਸ ਮੈਂ ਹੋਰ ਆਪਣੇ ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਉਸ ਦੇ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਉੱਥੇ ਜਾ ਕੇ ਉਹਨਾਂ ਕਲਾਸਸ ਨੂੰ ਜ਼ਰੂਰ ਵਿਜ਼ਿਟ ਕਰ ਲਓ ਕਾਫੀ ਇੰਪੋਰਟੈਂਟ ਕੁਐਸਚਨ ਉਸ ਵਿੱਚ ਜਿਹੜੇ ਮੈਂ ਕਵਰ ਕਰਵਾਏ ਹੋਏ ਨੇ ਓਕੇ ਦੋਸਤੋ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਕੁਐਸਚਨ ਨੰਬਰ 127 ਦੀ ਗੱਲ ਕਰ ਲਈਏ ਤੁਸੀਂ ਮਰੀਜ਼ ਦੇ ਸਾਹ ਦੀ ਜਾਂਚ ਕਿਵੇਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਕੋਈ ਮਰੀਜ਼ ਹੈ ਤਾਂ ਆਪਾਂ ਉਸ ਨੂੰ ਦੇਖਦੇ ਆ ਫਿਰ ਆਪਾਂ ਉਹਨੂੰ ਕਰਨ ਲੱਗੇ ਸੁਣਦੇ ਆ ਕਿ ਇਹਦੇ ਸਾਂਹ ਆ ਰਹੇ ਨੇ ਐਂਡ ਫਿਰ ਆਪਾਂ ਮਹਿਸੂਸ ਕਰਦੇ ਆ ਇਹ ਤਿੰਨ ਤਰੀਕੇ ਹੁੰਦੇ ਨੇ ਮਰੀਜ਼ ਦੇ ਸਾਂਸ ਨੂੰ ਚੈੱਕ ਕਰਨ ਦੇ ਕੁਐਸਚਨ ਨੰਬਰ 128 ਦੀ ਗੱਲ ਕਰੀਏ ਖੂਨ ਦਾ ਸਵਾਦ ਕਿਸ ਤਰ੍ਹਾਂ ਦਾ ਹੁੰਦਾ ਹੈ ਖਾਰਾ ਹੁੰਦਾ ਹੈ ਤੇ ਕਈ ਵਾਰ ਪੀ ਐਚ ਲੈਵਲ ਵੀ ਪੁੱਛਿਆ ਜਾਂਦਾ ਖੂਨ ਦਾ ਪੀ ਐਚ ਲੈਵਲ ਕਿਹੋ ਜਿਹਾ ਹੁੰਦਾ ਤਾਂ 7.4 ਹੈ ਜਿਹੜਾ 7.4 ਜਿਹੜਾ ਖੂਨ ਦਾ ਪੀ ਐਚ ਲੈਵਲ ਹੁੰਦਾ ਹੈ ਕੁਐਸਚਨ ਨੰਬਰ 129 ਦੀ ਗੱਲ ਕਰੀਏ ਦੁੱਧ ਵਿੱਚ ਕਿਸ ਕਿਸਮ ਦਾ ਪ੍ਰੋਟੀਨ ਸ਼ਾਮਿਲ ਹੁੰਦੇ ਨੇ ਤਾਂ ਕੈਸੀਨ ਨਾਮਕ ਇੱਕ ਪ੍ਰੋਟੀਨ ਸ਼ਾਮਿਲ ਹੁੰਦਾ ਦੁੱਧ ਵਿੱਚ ਐਂਡ ਕੁਐਸਚਨ ਨੰਬਰ 130 ਦੀ ਗੱਲ ਕਰੀਏ ਮਨੁੱਖੀ ਖੂਨ ਨੂੰ ਕਿਵੇਂ ਮਾਪਿਆ ਜਾਂਦਾ ਹੈ ਤਾਂ ਹਿਮੋਸਾਈਟੋਮੀਟਰ ਨਾਮਕ ਇੱਕ ਉਪਕਰਣ ਹੁੰਦਾ ਜਿਸ ਦੁਆਰਾ ਮਨੁੱਖੀ ਖੂਨ ਨੂੰ ਮਾਪਿਆ ਜਾਂਦਾ ਹੈ ਕੁਐਸਚਨ ਨੰਬਰ 131 ਦੀ ਗੱਲ ਕਰੀਏ ਦਿਮਾਗ ਦਾ ਕਿਹੜਾ ਹਿੱਸਾ ਮਨੁੱਖ ਨੂੰ ਪਿਆਸ ਲੱਗਣ ਦਾ ਮਹਿਸੂਸ ਮਤਲਬ ਕਿ ਪਿਆਸ ਲੱਗੀ ਹੈ ਜਿਵੇਂ ਮੈਨੂੰ ਤਾਂ ਮੇਰਾ ਮਾਈਂਡ ਕਹਿੰਦਾ ਉਹ ਕਿਹੜਾ ਮਾਈਂਡ ਦਾ ਹਿੱਸਾ ਹੁੰਦਾ ਹੈ ਕਿ ਮੈਨੂੰ ਪਿਆਸ ਲੱਗੀ ਹੈ ਪਾਣੀ ਪੀ ਲੈਣਾ ਚਾਹੀਦਾ ਹੈ ਤਾਂ hypothalamus ਨਾਮ ਦਾ ਆਪਣਾ ਹਿੱਸਾ ਹੁੰਦਾ ਦਿਮਾਗ ਦਾ ਇੱਕ ਉਸ ਨੂੰ ਉਹ ਆਪਾਂ ਨੂੰ ਫੀਲ ਕਰਾਉਂਦਾ ਹੈ ਕਿ ਹੁਣ ਤੈਨੂੰ ਪਿਆਸ ਲੱਗੀ ਹੈ ਜਾ ਕੇ ਪਾਣੀ ਪੀ ਲਾ ਕੁਐਸਚਨ ਨੰਬਰ 132 ਦੀ ਗੱਲ ਕਰੀਏ ਦਿਮਾਗ ਦਾ ਕਿਹੜਾ ਹਿੱਸਾ ਮਨੁੱਖ ਨੂੰ ਹੱਸਣ ਲਈ ਸੰਕੇਤ ਕਰਦਾ ਹੈ ਤਾਂ hypothalamus ਹੀ ਜਿਹੜਾ ਕਿ ਇਸ ਸੌਂ ਦਾ ਜੋ ਆਪਾਂ ਨੂੰ ਫੀਲ ਕਰਾਉਂਦਾ ਕੋਈ ਵੀ ਦੁੱਖ ਦਰਦ ਹੁੰਦਾ ਜੋ ਵੀ ਜ਼ਰੂਰਤ ਹੈ ਸਰੀਰ ਨੂੰ ਇਹ ਸਭ ਤੋਂ ਪਹਿਲਾਂ hypothalamus ਦੀ ਆਪਣੇ ਮਾਈਂਡ ਦੀ ਇੱਕ ਪਾਰਟ ਹੈ ਉਸ ਵਿੱਚ ਜਾਂਦਾ ਹੈ ਤਾਂ ਉਹ ਆਪਾਂ ਨੇ ਸਰੀਰ ਨੂੰ ਕਮਾਂਡ ਦਿੰਦਾ ਹੈ ਕਿ ਤੂੰ ਇਹ ਕਰ ਲੈ ਹੱਸ ਲਾ ਰੋ ਲਾ ਜਾਂ ਕੁਝ ਖਾਣਾ ਪੀਣਾ ਉਹ ਖਾ ਪੀ ਲਾ। ਔਕੋ ਦੋਸਤੋ ਕੁਐਸਚਨ ਨੰਬਰ 133 ਦੀ ਗੱਲ ਕਰੀਏ ਕਿਸ ਦਿਮਾਗ ਨੂੰ ਬੁੱਧੀਮਾਨ ਦਿਮਾਗ ਕਿਹਾ ਜਾਂਦਾ ਹੈ ਤਾਂ ਸੈਰੇਬਰਮ ਹਿੱਸਾ ਹੁੰਦਾ ਹੈ ਆਪਣੇ ਟੋਟਲ 8 파ਟ ਹੁੰਦੇ ਨੇ ਦਿਮਾਗ ਦਾ ਉਹਨਾਂ ਵਿੱਚੋਂ ਇੱਕ 파ਟ ਹੁੰਦਾ ਹੈ ਸੈਰੇਬਰਮ ਇਸ ਨੂੰ ਸਭ ਤੋਂ ਬੁੱਧੀਮਾਨ ਦਿਮਾਗ ਕਿਹਾ ਜਾਂਦਾ ਹੈ ਕੁਐਸਚਨ ਨੰਬਰ 134 ਦੀ ਗੱਲ ਕਰੀਏ ਐਮਨੀਸ਼ੀਆ ਬਿਮਾਰੀ ਨਾਲ ਕਿਹੜਾ ਅੰਗ ਪ੍ਰਭਾਵਿਤ ਹੋ ਜਾਂਦਾ ਹੈ ਤਾਂ ਦਿਮਾਗ ਨਾਲ ਮਤਲਬ ਕਿ ਆਪਣੀ ਯਾਦਦਾਸ਼ਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਬਿਮਾਰੀ ਦੇ ਕਾਰਨ ਕਵੈਸਚਨ ਨੰਬਰ 135 ਦੀ ਗੱਲ ਕਰੀਏ ਮਨੁੱਖੀ ਹੱਡੀਆਂ ਦਾ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਸਟੋਲੋਜੀ ਇਸ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਐਂਡ ਇਕਲ ਹੋਰ ਦੋਸਤੋ ਤੁਹਾਨੂੰ ਇਹ ਪੀਡੀਐਫ ਵੀ ਬਿਲਕੁਲ ਫ੍ਰੀ ਆਫ ਕੋਸਟ WhatsApp ਗਰੁੱਪ ਵਿੱਚ ਪ੍ਰੋਵਾਈਡ ਕਰਵਾਈ ਜਾਵੇਗੀ ਇਸ ਕਰਕੇ ਜਲਦੀ ਨਾਲ ਜਾ ਕੇ WhatsApp ਗਰੁੱਪ ਇੱਕ ਵਾਰ ਜੁਆਇਨ ਜ਼ਰੂਰ ਕਰ ਲਿਓ ਓਕੇ ਦੋਸਤੋ ਕਵੈਸਚਨ ਨੰਬਰ 136 ਦੀ ਗੱਲ ਕਰੀਏ ਮਨੁੱਖੀ ਸਰੀਰ ਵਿੱਚ ਸਭ ਤੋਂ ਮਜ਼ਬੂਤ ਟਿਸ਼ੂ ਕਿਹੜਾ ਹੈ ਤਾਂ ਹੱਡੀਆਂ ਹੁੰਦੀਆਂ ਨੇ ਜਿਹੜੇ ਸਭ ਤੋਂ ਮਜ਼ਬੂਤ ਹੁੰਦੀਆਂ ਨੇ ਮਨੁੱਖੀ ਬੋਡੀ ਵਿੱਚ ਕਵੈਸਚਨ ਨੰਬਰ 137 ਦੀ ਗੱਲ ਕਰੀਏ ਪਾਇਰੀਆ ਨਾਮਕ ਬਿਮਾਰੀ ਡੈਸ਼ ਨਾਲ ਪ੍ਰਭਾਵਿਤ ਹੁੰਦਾ ਹੈ ਪਾਇਰੀਆ ਮਤਲਬ ਕਿ ਕਿਸ ਚੀਜ਼ ਨਾਲ ਪ੍ਰਭਾਵਿਤ ਹੁੰਦੇ ਹੈ ਦੰਦਾਂ ਦੀ ਬਿਮਾਰੀ ਹੁੰਦੀ ਹੈ ਖੂਨ ਬਗੜਨ ਲੱਗ ਜਾਂਦਾ ਆਪਣੇ ਦੰਦਾਂ ਵਿੱਚ ਤਾਂ ਇਹ ਪਾਇਰੀਆ ਪਾਇਰੀਆ ਨਾਮਕ ਬਿਮਾਰੀ ਦੇ ਲੱਛਣ ਹੁੰਦੇ ਨੇ ਕਵੈਸਚਨ ਨੰਬਰ 138 ਦੀ ਗੱਲ ਕਰੀਏ ਰਿਕਟਸ ਰੋਗ ਕਿਸ ਨਾਲ ਸੰਬੰਧਿਤ ਹੈ ਤਾਂ ਹੱਡੀਆਂ ਦੀ ਬਿਮਾਰੀ ਨਾਲ ਹੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਇਟਸ ਮੀਨ ਰਿਕਟਸ ਦਾ ਰੋਗ ਬੰਦੇ ਨੂੰ ਹੋ ਚੁੱਕਾ ਹੈ ਕਵੈਸਚਨ ਨੰਬਰ 139 ਦੀ ਗੱਲ ਕਰੀਏ ਕੋਬਾਲਟ ਕਿਸ ਵਿਟਾਮਿਨ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ B12 ਵਿੱਚ ਕੋਬਾਲਟ ਪਾਇਆ ਜਾਂਦਾ ਹੈ ਕੁਐਸਚਨ ਨੰਬਰ 140 ਦੀ ਗੱਲ ਕਰੀਏ ਮੋਡਲੀ ਡਾਕਟਰੀ ਸਹਾਇਤਾ ਦੇਣ ਵੇਲੇ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸੱਟ ਦੀ ਸਥਿਤੀ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਜੇ ਮਤਲਬ ਜਿਆਦਾ ਗੰਭੀਰ ਸੱਟ ਹੈ ਤਾਂ ਉਸ ਹਿਸਾਬ ਨਾਲ ਆਪਾਂ ਨੂੰ ਮੋਡਲੀ ਸਹਾਇਤਾ ਦੇਣੀ ਪੈਂਦੀ ਹੈ ਕੁਐਸਚਨ ਨੰਬਰ 141 ਦੀ ਗੱਲ ਕਰੀਏ ਕਿਸ ਵਾਰਡ ਵਿੱਚ ਨਰਸਿੰਗ ਸਟੇਸ਼ਨ ਇੱਕ ਪਾਸੇ ਹੁੰਦਾ ਹੈ ਤਾਂ ਨਾਈਟਿੰਗਲ ਵਾਰਡ ਵਿੱਚ ਨਰਸਿੰਗ ਸਟੇਸ਼ਨ ਵਨ ਸਾਈਡਡ ਹੁੰਦਾ ਹੈ ਕਵੈਸਚਨ ਨੰਬਰ 142 ਦੀ ਗੱਲ ਕਰੀਏ ਹਸਪਤਾਲ ਵਾਰਡ ਦੇ ਆਯੋਜਕ ਕੀ ਨੇ ਤਾਂ ਰੋਗੀ ਸਥਾਨ ਮਤਲਬ ਹਸਪਤਾਲ ਵਾਰਡ ਵਿੱਚ ਕਿੱਥੇ ਹੁੰਦਾ ਹੈ ਰੋਗੀ ਦੇ ਸਥਾਨ ਦੇ ਕੋਲ ਹੁੰਦਾ ਹੈ ਕਵੈਸਚਨ ਨੰਬਰ 143 ਦੀ ਗੱਲ ਕਰੀਏ ਸਰੀਰ ਦੇ ਕਿਹੜੇ ਹਿੱਸੇ ਨੂੰ ਕੈਮੀਕਲ ਫੈਕਟਰੀ ਕਿਹਾ ਜਾਂਦਾ ਹੈ ਤਾਂ ਜਿਗਰ ਯਾਨੀ ਲੀਵਰ ਨੂੰ ਕੈਮੀਕਲ ਫੈਕਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਵੈਸਚਨ ਨੰਬਰ 144 ਦੀ ਗੱਲ ਕਰੀਏ ਨਾਈਟਿੰਗਲ ਵਾਰਡ ਵਿੱਚ ਕਿੰਨੇ ਬੈੱਡ ਹੁੰਦੇ ਨੇ ਤਾਂ 25 ਤੋਂ ਲੈ ਕੇ 30 ਬੈੱਡ ਇਨਕਲੂਡ ਹੁੰਦੇ ਨੇ ਇਸ ਵਾਰਡ ਵਿੱਚ ਕਵੈਸਚਨ ਨੰਬਰ 15 ਸੋਰੀ ਕੁਐਸਚਨ ਨੰਬਰ 145 ਦੀ ਗੱਲ ਕਰੀਏ ਬੀਸੀਏ ਦਾ ਟੀਕਾ ਕਿਸ ਬਿਮਾਰੀ ਲਈ ਦਿੱਤਾ ਜਾਂਦਾ ਹੈ ਇਹਦਾ ਟੀਵੀ ਦੀ ਬਿਮਾਰੀ ਲਈ ਬੀਸੀਏ ਦਾ ਵੈਕਸੀਨ ਲੱਗਦੀ ਹੈ ਕੁਐਸਚਨ ਨੰਬਰ 146 ਦੀ ਗੱਲ ਕਰੀਏ ਰਿਕਸਵਾਰਡ ਕਦੋਂ ਬਣਾਇਆ ਗਿਆ ਤਾਂ 1910 ਇਸ ਵੀ ਵਿੱਚ ਰਿਕਸਵਾਰਡ ਬਣਾਇਆ ਗਿਆ ਸੀ ਕੁਐਸਚਨ ਨੰਬਰ 147 ਦੀ ਗੱਲ ਕਰੀਏ ਮੂੰਹ ਦਾ ਤਾਪਮਾਨ ਯਾਨੀ ਔਰਲ ਟੈਂਪਰੇਚਰ ਕਿਸ ਦੀ ਜਾਂਚ ਨਹੀਂ ਕੀਤਾ ਜਾ ਸਕਦਾ ਜੋ 4 ਸਾਲ ਤੋਂ ਘੱਟ ਬੱਚਾ ਹੈ ਉਸ ਵਾਸਤੇ थर्मामीटर थ्रू ਆਪਾਂ ਮੂਵੀ ਚ ਪਾ ਕੇ ਟੈਂਪਰੇਚਰ ਚੈੱਕ ਕਰਦੇ ਆ ਤਾਂ 4 ਸਾਲਾਂ ਦੇ ਬੱਚੇ ਵਾਸਤੇ ਇਹ ਨਹੀਂ ਚੈੱਕ ਕੀਤਾ ਜਾਂਦਾ ਇਸ ਤੋਂ ਇਲਾਵਾ ਕਮ ਟੇਲਜ਼ ਦੇ ਮਰੀਜ਼ ਹੁੰਦਾ ਜਿਹੜਾ ਉਸ ਵਾਸਤੇ ਵੀ ਇਹ ਨਹੀਂ ਯੂਜ਼ ਹੁੰਦਾ ਕੁਐਸਚਨ ਨੰਬਰ 148 ਦੀ ਗੱਲ ਕਰੀਏ ਫਾਈਲੇਰੀਆ ਦੇ ਕੀ ਕਾਰਨ ਹਨ ਤਕਰੀਮੀ ਇੱਕ ਤਰ੍ਹਾਂ ਦਾ ਇਹ ਵਾਇਰਸ ਹੈ ਬੈਕਟੀਰੀਆ ਕੋਈ ਜੋ ਵੀ ਲਗਾ ਲਓ ਇਸ ਤਰ੍ਹਾਂ ਦਾ ਕੋਈ ਜੀਵਾਣੂ ਹੁੰਦਾ ਹੈ ਜੋ ਅਗਰ ਸਰੀਰ ਵਿੱਚ ਆ ਜਾਂਦਾ ਹੈ ਤਾਂ ਫਾਈਲੇਰੀਆ ਨਾਮਕ ਬਿਮਾਰੀ ਪੈਦਾ ਕਰਦਾ ਹੈ ਕਵੈਸਚਨ ਨੰਬਰ 149 ਦੀ ਗੱਲ ਕਰੀਏ ਕਿਸ ਦੀ ਕਮੀ ਨਾਲ ਮਨੁੱਖੀ ਗਲਾ ਸੁੱਜ ਜਾਂਦਾ ਹੈ ਤਾਂ ਆਇਓਡੀਨ ਦੀ ਕਮੀ ਕਾਰਨ ਮਨੁੱਖ ਦਾ ਗਲਾ ਜਿਹੜਾ ਉਹ ਸੁੱਜ ਜਾਂਦਾ ਹੈ ਓਕੇ ਦੋਸਤੋ ਐਨ ਇੱਕ ਰਿਕਵੈਸਟ ਹੈ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਐਂਡ ਜੇ ਤੁਹਾਡਾ ਜੀ ਕਰੇ ਮਨ ਕਰੇ ਤਾਂ ਇੱਕ ਕਮੈਂਟ ਵੀ ਕਰ ਦੇਗੋ ਐਂਡ ਕਵੈਸਚਨ ਨੰਬਰ ਆਪਾਂ 150 ਦੀ ਗੱਲ ਕਰੀਏ ਸਰੀਰ ਵਿੱਚ ਕਿਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਤਾ ਕੈਸਟਰੋਲ ਦੀ ਜਿਆਦਾ ਮਾਤਰਾ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ। ਕੁਐਸਚਨ ਨੰਬਰ 151 ਦੀ ਗੱਲ ਕਰੀਏ ਮਨੁੱਖੀ ਦਿਮਾਗ ਦਾ ਭਾਰ ਕਿੰਨਾ ਹੁੰਦਾ ਹੈ ਤਾਂ 1400 ਗ੍ਰਾਮ ਹੁੰਦਾ ਹੈ। ਕੁਐਸਚਨ ਨੰਬਰ 152 ਦੀ ਗੱਲ ਕਰੀਏ ਕਿਹੜੀ ਬਿਮਾਰੀ ਮਨੁੱਖ ਦੇ ਅੰਦਰਾਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਟਾਈਫਾਇਡ ਨਾਮਕ ਬਿਮਾਰੀ ਮਨੁੱਖ ਦੀ ਆਂਦਰੀਆਂ ਨੂੰ ਜਿਹੜਾ ਪ੍ਰਭਾਵ ਕਰਦੀ ਹੈ ਇਹ। ਕੁਐਸਚਨ ਨੰਬਰ 153 ਦੀ ਗੱਲ ਕਰੀਏ ਕਿਸ ਉਮਰ ਦੇ ਬੱਚੇ ਦੌੜ ਸਕਦੇ ਨੇ ਮਤਲਬ ਛੋਟਾ ਬੱਚਾ ਹੁੰਦਾ ਕਿਸ ਉਮਰ ਕਿਸ ਏਜ ਵਿੱਚ ਜਾ ਕੇ ਉਹ ਬੱਚਾ ਚੱਲ ਸਕਦਾ ਦੌੜ ਸਕਦਾ ਜਦੋਂ 18 ਮੰਥ ਦਾ ਹੋ ਜਾਂਦਾ ਹੈ ਤਾਂ ਉਸ ਟਾਈਮ ਦੌੜ ਸਕਦਾ ਹੈ ਕੁਐਸਚਨ ਨੰਬਰ 1 54 ਦੀ ਗੱਲ ਕਰੀਏ ਕੋਲਡ ਚੇਨ ਕਿਉਂ ਵਰਤੀ ਜਾਂਦੀ ਹੈ ਸੁਰੱਖਿਅਤ ਟੀਕਾ ਲਈ ਮਤਲਬ ਆਪਾਂ ਕਦੇ ਤੁਸੀਂ ਨੋਟਿਸ ਕੀਤਾ ਹੋਗਾ ਮੂਵੀਜ਼ ਵਿੱਚ ਜਿਹੜੇ ਟੀਕੇ ਹੁੰਦੇ ਨੇ ਵੈਕਸੀਨ ਹੁੰਦੀ ਹੈ ਦਵਾਈ ਹੁੰਦੀ ਹੈ ਟੀਕੇ ਲਈ ਉਹ ਇੱਕ ਬਾਕਸ ਵਿੱਚ ਹੁੰਦੀ ਹੈ ਉਹ ਕੋਲਡ ਠੰਡਾ ਬਾਕਸ ਜਿਹਾ ਹੁੰਦਾ ਤਾਂ ਟੀਕੇ ਨੂੰ ਸੁਰੱਖਿਅਤ ਕਰਨ ਵਾਸਤੇ ਉਸ ਬਾਕਸ ਵਿੱਚ ਰੱਖਿਆ ਜਾਂਦਾ ਤਾਂ ਕਿ ਇਹ ਐਕਸਪਾਇਰ ਹੀ ਨਾ ਹੋ ਜਾਂ ਗਰਮੀ ਦੇ ਕਾਰਨ ਇਸ ਦਾ ਜੋ ਵੀ ਅੰਦਰ ਮਟੀਰੀਅਲ ਹੈ ਉਹ ਐਕਸਪਾਇਰ ਨਾ ਹੋਵੇ ਤਾਂ ਅੰਦਰ ਕਿਸਮ ਕੋਲਡ ਚੇਨ ਵਿੱਚ ਰੱਖਿਆ ਜਾਂਦਾ ਹੈ ਕੁਐਸਚਨ ਨੰਬਰ 155 ਦੀ ਗੱਲ ਕਰੀਏ ਅੰਤਰਰਾਸ਼ਟਰੀ ਕਾਉਂਸਲ ਆਫ ਨਰਸਿੰਗ ਦਾ ਮੁੱਖ ਦਫਤਰ ਕਿੱਥੇ ਹੈ ਤਾਂ ਜਨੇਵਾ ਵਿੱਚ ਹੈ ਕਵੈਸਚਨ ਨੰਬਰ 156 ਦੀ ਗੱਲ ਕਰੀਏ ਪਲਾਜ਼ਮਾ ਦਾ ਰੰਗ ਕੀ ਹੈ ਪੀਲਾ ਰੰਗ ਹੁੰਦਾ ਯਾਦ ਰੱਖੋ ਦੋਸਤੋ ਪਲਾਜ਼ਮਾ ਦਾ ਕਵੈਸਚਨ ਨੰਬਰ 157 ਦੀ ਗੱਲ ਕਰੀਏ ਰક્તਕਣ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਤਿੰਨ ਤਰ੍ਹਾਂ ਦੇ ਹੀ ਰક્તਕਣ ਦੀਆਂ ਕਿਸਮਾਂ ਹੁੰਦੀ ਹੈ ਕਵੈਸਚਨ ਨੰਬਰ 155 ਦੀ ਗੱਲ ਕਰੀਏ ਕਮਜ਼ੋਰ ਹੱਡੀਆਂ ਦਾ ਕੀ ਕਾਰਨ ਤੁਹਾਨੂੰ ਉੱਪਰ ਦੱਸ ਚੁੱਕਿਆ ਰਿਕਟਿਸ ਦੀ ਬਿਮਾਰੀ ਦੇ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਕਵੈਸਚਨ ਨੰਬਰ 159 ਦੀ ਗੱਲ ਕਰੀਏ ਗਰਭ ਅਵਸਥਾ ਦੌਰਾਨ ਬੱਚੇ ਦੇ ਦਿਲ ਦੀ ਧੜਕਣ ਲਈ ਇੱਕ ਡਿਵਾਈਸ ਵਰਤੀ ਜਾਂਦੀ ਹੈ ਗਰਭ ਅਵਸਥਾ ਦੇ ਦੌਰਾਨ ਪ੍ਰੈਗਨਨਸੀ ਦੇ ਦੌਰਾਨ ਬੱਚੇ ਦੇ ਦਿਲ ਦੀ ਧੜਕਣ ਨੂੰ ਸੁਣਨ ਲਈ ਇੱਕ ਡਿਵਾਈਸ ਯੂਜ਼ ਕੀਤੀ ਜਾਂਦੀ ਹੈ ਜਿਸ ਨੂੰ ਫੈਟਲ ਸਕੋਪ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਕੁਐਸਚਨ ਨੰਬਰ 60 ਦੀ 160 ਦੀ ਗੱਲ ਕਰੀਏ ਬਲੱਡ ਪ੍ਰੈਸ਼ਰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਮਤਲਬ ਬਲੱਡ ਪ੍ਰੈਸ਼ਰ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਤਾਂ ਸਪਾਈਨ ਨੂੰ ਮੈਨੋਮੀਟਰ ਨਾਮਕ ਇੱਕ ਉਪਕਰਣ ਹੁੰਦਾ ਹੈ ਜਿਸ ਦੁਆਰਾ ਆਪਾਂ ਬਲੱਡ ਪ੍ਰੈਸ਼ਰ ਮਾਪਦੇ ਹਾਂ ਕਵੈਸਚਨ ਨੰਬਰ 161 ਦੀ ਗੱਲ ਕਰੀਏ ਸਰੀਰ ਦੀ ਆਕਸੀਜਨ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਤਾਂ ਪਲਸ ਆਕਸੀਮੀਟਰ ਨਾਮਕ ਇਹ ਯੰਤਰ ਹੁੰਦਾ ਹੈ ਕਵੈਸਚਨ ਨੰਬਰ 162 ਦੀ ਗੱਲ ਕਰੀਏ ਐਸਬੀ ਸੈੱਟ ਦਾ ਪੂਰਾ ਨਾਮ ਕੀ ਹੈ ਤਾਂ ਸੰਕਲਨ ਵੈਨ ਸੈਟਿਸ ਨੂੰ ਕਿਹਾ ਜਾਂਦਾ ਹੈ ਕਵੈਸਚਨ ਨੰਬਰ 163 ਦੀ ਗੱਲ ਕਰੀਏ ਖੂਨ ਨੱਕ ਵਿੱਚੋਂ ਖੂਨ ਵਗਣ ਨੂੰ ਕੀ ਕਿਹਾ ਜਾਂਦਾ ਹੈ ਤਾਂ ਐਬਸਟੈਕਸਿਸ ਨਾਮਕ ਇਹ ਬਿਮਾਰੀ ਹੁੰਦੀ ਹੈ ਇੱਕ ਤਾਂ ਜਿਹੜਾ ਨੱਕ ਵਿੱਚ ਖੂਨ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਨਕਸੀਰੀ ਗਾਦਿੰਦੇ ਹਾਂ ਹਨ ਤਾਂ ਇਹ ਇੱਕ ਡਿਸੀਜ਼ ਹੁੰਦੀ ਹੈ ਬਿਮਾਰੀ ਹੁੰਦੀ ਹੈ ਕਈਆਂ ਨੂੰ ਤਾਂ ਐਬਸਟੈਕਸਿਸ ਦੇ ਕਾਰਨ ਇਹ ਨੱਕ ਵਿੱਚੋਂ ਖੂਨ ਵਗਣ ਲੱਗ ਜਾਂਦਾ ਹੈ ਕੁਐਸਚਨ ਨੰਬਰ 164 ਦੀ ਗੱਲ ਕਰੀਏ ਬੈਕਟੀਰੀਆ ਦੇ ਵਾਧੇ ਨੂੰ ਰੋਕਣ ਲਈ ਡੈਸ਼ ਵਰਤਿਆ ਜਾਂਦਾ ਹੈ ਤਾਂ ਐਂਟੀਬਾਇਓਟਿਕ ਵਰਤਿਆ ਜਾਂਦਾ ਹੈ ਕੁਐਸਚਨ ਨੰਬਰ 165 ਦੀ ਗੱਲ ਕਰੀਏ ਵਾਇਰਸ ਦੇ ਵਿਰੋਧ ਨੂੰ ਰੋਕਣ ਲਈ ਸਰੀਰ ਵਿੱਚ ਕੀ ਬਣ ਜਾਂਦਾ ਹੈ ਮਤਲਬ ਕਿ ਆਟੋਮੈਟਿਕਲੀ ਪ੍ਰਤੀਕਿਰਿਆ ਹੁੰਦੀ ਹੈ ਵਾਇਰਸ ਜੇ ਆਪਣੇ ਸਰੀਰ ਵਿੱਚ ਹੁੰਦਾ ਹੈ ਤਾਂ ਆਪਣਾ ਸਰੀਰ ਇੱਕ ਚੀਜ਼ ਬਣਾਉਣ ਲੱਗ ਜਾਂਦਾ ਹੈ ਜਿਹਨੂੰ ਆਪਾਂ ਇੰਟਰ ਇਨਫਰੋਨ ਦੇ ਨਾਮ ਨਾਲ ਜਾਣਦੇ ਆ ਇਹ ਇੰਟਰਫਰੋਨ ਹੁੰਦਾ ਹੈ ਇਹ ਵਾਇਰਸ ਨਾਲ ਲੜਦਾ ਹੈ ਤੇ ਵਾਇਰਸ ਨੂੰ ਖਤਮ ਕਰ ਦਿੰਦਾ ਆਪਣੇ ਸਰੀਰ ਵਿੱਚੋਂ ਕੁਐਸਚਨ ਨੰਬਰ 166 ਦੀ ਗੱਲ ਕਰੀਏ ਨਿੰਬੂ ਵਿੱਚ ਡੈਸ਼ ਐਸਿਡ ਹੁੰਦਾ ਹੈ ਦਾ ਸਿਟਰਿਕ ਐਸਿਡ ਨਿੰਬੂ ਵਿੱਚ ਪਾਇਆ ਜਾਂਦਾ ਹੈ ਕੁਐਸਚਨ ਨੰਬਰ 167 ਦੀ ਗੱਲ ਕਰੀਏ ਸਟਾਰਚ ਅਤੇ SUGAR ਯਾਨੀ ਖੰਡ ਡੈਸ਼ ਨੇ ਇਹ ਕਿ ਕਾਰਬੋਹਾਈਡਰੇਟਸ ਨੇ ਕੁਐਸਚਨ ਨੰਬਰ 100 ਥਰਡ ਦੀ ਗੱਲ ਕਰੀ ਰੇਡੀਓਐਕਟਿਵ ਡੈਸ਼ ਨੇ ਕਾਢ ਗੱਡੀ ਸੀ ਰੇਡੀਓਐਕਟਿਵ ਦੀ ਕਾਢ ਕਿਸ ਨੇ ਗੱਡੀ ਸੀ ਤਾਂ ਬੈਕਰੋਲ ਨਾਮਕ ਸਾਇੰਟਿਸਟ ਸੀ ਜੀਨੇ ਰੇਡੀਓਐਕਟਿਵ ਦੀ ਖੋਜ ਕੀਤੀ ਸੀ ਕੁਐਸਚਨ ਨੰਬਰ 169 ਦੀ ਗੱਲ ਕਰੀਏ ਓਨਕੋਲੋਜੀ ਕਿਸ ਚੀਜ਼ ਦਾ ਅਧਿਐਨ ਹੈ ਕੈਂਸਰ ਬਾਰੇ ਅਧਿਐਨ ਨੂੰ ਓਨਕੋਲੋਜੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 170 ਦੀ ਗੱਲ ਕਰੀਏ ਭੋਜਨ ਦੀ ਊਰਜਾ ਨੂੰ ਕਿਸ ਵਿੱਚ ਮਾਪਿਆ ਜਾਂਦਾ ਹੈ ਤਾਂ ਕੈਲੋਰੀ ਵਿੱਚ ਮਾਪਿਆ ਜਾਂਦਾ ਹੈ ਕਵੈਸਚਨ ਨੰਬਰ 171 ਦੀ ਗੱਲ ਕਰੀਏ ਫੋਟੋਮੀਟਰ ਡੈਸ਼ ਲਈ ਵਰਤਿਆ ਜਾਂਦਾ ਹੈ ਸਮੁੰਦਰ ਦੀ ਡੂੰਘਾਈ ਨੂੰ ਮਾਪਣ ਲਈ ਫੋਟੋਮੀਟਰ ਯੂਜ਼ ਕੀਤੇ ਜਾਂਦੇ ਨੇ ਕਵੈਸਚਨ ਨੰਬਰ 172 ਦੀ ਗੱਲ ਕਰੀਏ ECG ਕਿਸ ਨਾਲ ਸੰਬੰਧਿਤ ਹੈ ਦਿਲ ਦੇ ਇਨਫੈਕਸ਼ਨ ਇਹ ਮਤਲਬ ਦਿਲ ਦੀਆਂ ਜੋ ਵੀ ਇਨਕੁਆਰੀਜ਼ ਹੁੰਦੀਆਂ ਨੇ ਕੀ ਕਰੀ ਜਾਂਦਾ ਦਿਲ ਆਪਣਾ ਹੈ ਨਾ ਉਸ ਚੀਜ਼ ਨੂੰ ਸਕੈਨ ਕਰਨ ਵਾਸਤੇ ECG ਦੀ ਲੋੜ ਪੈਂਦੀ ਹੈ ਕਵੈਸਚਨ ਨੰਬਰ 173 ਦੀ ਗੱਲ ਕਰੀਏ ਇੱਕ ਜੰਮੇ ਬੱਚੇ ਦੀ ਆਂਦਿਲ ਦੀ ਗਤੀ ਕਿੰਨੀ ਹੁੰਦੀ ਹੈ 120 ਤੋਂ ਲੈ ਕੇ 160 ਪ੍ਰਤੀ ਮਿੰਟ ਨਵਜਮੇ ਬੱਚੇ ਦਾ ਦਿਲ ਧੜਕਦਾ ਹੈ ਕੁਐਸਚਨ ਨੰਬਰ 174 ਦੀ ਗੱਲ ਕਰੀਏ ਯੂਰਿਕ ਐਸਿਡ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ਤਾਂ ਗਠੀਆ ਨਾਮਕ ਰੋਗ ਹੈ ਜਿਹੜੀ ਯੂਰਿਕ ਐਸਿਡ ਨਾਲ ਹੋ ਜਾਂਦਾ ਹੈ ਕੁਐਸਚਨ ਨੰਬਰ 175 ਦੀ ਗੱਲ ਕਰੀਏ ਕਿਹੜੇ ਵਿਟਾਮਿਨ ਜ਼ਖਮ ਭਰਨ ਵਿੱਚ ਮਦਦ ਕਰਦਾ ਹੈ ਤਾਂ ਵਿਟਾਮਿਨ ਸੀ ਇਸ ਨੂੰ ਤੁਸੀਂ ਕਿਵੇਂ ਯਾਦ ਰੱਖਦੇ ਹੋ ਜਿਵੇਂ ਵਿਟਾਮਿਨ ਸੀ ਸੀ ਮੈਨੇ ਚੋਟ ਚੋਟ ਲੱਗ ਜਾਂਦੀ ਹੈ ਤਾਂ ਜ਼ਖਮ ਹੋ ਜਾਂਦਾ ਆਪਣੇ ਨਾ ਤਾਂ ਉਸ ਨੂੰ ਭਰਨ ਲਈ ਸੀ ਹੀ ਕਮਾਉਂਦੇ ਵਿਟਾਮਿਨ ਸੀ ਯੂਜ਼ ਹੁੰਦੀ ਹੈ ਕੁਐਸਚਨ ਨੰਬਰ 176 ਦੀ ਗੱਲ ਕਰੀਏ ਇੱਕ ਸਰਜਿਕਲ ਹੱਥ ਧੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਨਾਰਮਲੀ 5 ਮਿੰਟ ਜੇ ਆਪਾਂ ਹੱਥ ਧੋਣਿਆ ਉਸ ਨੂੰ ਆਪਾਂ ਸਰਜਿਕਲ ਹੈਂਡ ਵਾਸ਼ ਦੇ ਨਾਮ ਨਾਲ ਜਾਣਦੇ ਹਾਂ ਕੁਐਸਚਨ ਨੰਬਰ 177 ਦੀ ਗੱਲ ਕਰੀਏ ਹਾਈਡਰੇਸ਼ਨ ਡੈਸ਼ ਦੀ ਕਮੀ ਕਾਰਨ ਹੁੰਦਾ ਹੈ ਤਾਂ ਪਾਣੀ ਦੀ ਕਮੀ ਕਰਨ ਹਾਈਡਰੇਸ਼ਨ ਹੋ ਜਾਂਦਾ ਹੈ ਕੁਐਸਚਨ ਨੰਬਰ 178 ਦੀ ਗੱਲ ਕਰੀਏ ਕਿਸ ਬਿਮਾਰੀ ਵਿੱਚ ਪਲੇਟਲੈਟਸ ਸੈੱਲਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ ਤਾਂ ਡੇਂਗੂ ਦੀ ਬਿਮਾਰੀ ਵਿੱਚ ਅੱਜ ਕੱਲ ਇਹ ਕਾਫੀ ਚੱਲੀ ਹੋਈ ਹੈ ਅੱਜ ਦੇ ਦੌਰ ਵਿੱਚ ਤਾਂ ਯਾਦ ਰੱਖੋ ਡੇਂਗੂ ਕਰਕੇ ਹੀ ਪਲੇਟਲਟ ਸੈੱਲ ਜਿਹੜੇ ਉਹ ਘੱਟ ਜਾਂਦੇ ਨੇ ਕੁਐਸਚਨ ਨੰਬਰ ਹੁਣ ਸੱਚੋ ਇੱਕ ਗੱਲ ਮੈਨੂੰ ਦੱਸੋ ਤੁਸੀਂ ਡੇਂਗੂ ਦੀ ਬਿਮਾਰੀ ਵਿੱਚ ਜੇ ਪਲੇਟਲਟ ਸੈੱਲ ਘੱਟ ਹੋ ਜਾਣ ਤਾਂ ਕਮੈਂਟ ਕਰਕੇ ਦੱਸਿਓ ਮੈਨੂੰ ਕਿ ਉਸ ਮਰੀਜ਼ ਨੂੰ ਕੀ ਖਵਾਉਣਾ ਪੈਂਦਾ ਹੈ ਕੀ ਪਿਆਉਣਾ ਪੈਂਦਾ ਤਾਂ ਕਿ ਉਸ ਦੇ ਸੈੱਲ ਖੂਨ ਵਿੱਚਲੇ ਸੈੱਲ ਜਿਹੜੇ ਪਲੇਟਲਟ ਸੈੱਲ ਉਹ ਇਨਕਰੀਜ਼ ਹੋ ਜਾਣ ਐਂਡ ਆਪਣੀ ਜਿਹੜੀ ਮਾਤਰਾ ਜ਼ਰੂਰਤ ਹੁੰਦੀ ਹੈ ਸੈੱਲਾਂ ਦੀ ਉਸ ਤੱਕ ਪਹੁੰਚ ਜਾਣ ਵੀਡੀਓ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇ ਤੁਹਾਨੂੰ ਪਤਾ ਹੈ ਬਿਕੋਜ਼ ਅੱਜ ਦੇ ਟਾਈਮ ਵਿੱਚ ਕਾਫੀ ਲਗਭਗ ਹਰ ਘਰ ਵਿੱਚ ਇੱਕ ਨਾ ਇੱਕ ਬਿਮਾਰੀ ਦਾ ਮਰੀਜ਼ ਪਾਇਆ ਜਾਂਦਾ ਤੇ ਆਪਾਂ ਨੂੰ ਪਤਾ ਹੀ ਹੈ ਕਿ ਉਹਨੂੰ ਕੀ ਖੋਣਾ ਹੈ ਕੀ ਪਿਉਣਾ ਹੈ ਜਿਸ ਕਰਕੇ ਉਸਦੇ ਸੈੱਲ ਇਨਕਰੀਜ਼ ਹੋ ਜਾਣ ਕੁਐਸਚਨ ਨੰਬਰ 179 ਦੀ ਗੱਲ ਕਰੀਏ ਜਨਮ ਰਜਿਸਟ੍ਰੇਸ਼ਨ ਕਿੰਨੇ ਦਿਨਾਂ ਵਿੱਚ ਹੋ ਜਾਣੀ ਚਾਹੀਦੀ ਹੈ ਤਾਂ 21 ਦਿਨਾਂ ਵਿੱਚ ਇਹ ਕੰਪਲੀਟ ਹੋ ਜਾਣੇ ਉਸ ਤੋਂ ਬਾਅਦ ਬਹੁਤ ਥੱਕੇ ਜਾਣੇ ਪੈਂਦੇ ਬਈ ਕੁਐਸਚਨ ਨੰਬਰ 180 ਦੀ ਗੱਲ ਕਰੀਏ ਡੇਂਗੂ ਦੀ ਬਿਮਾਰੀ ਦਾ ਬਹਕਾ ਕੌਣ ਹੈ ਤਾਂ ਐਨਫਲੀਸ ਨਾਮਕ ਮੱਛਰ ਹੁੰਦੇ ਹੈ ਮਾਦਾ ਮੱਛਰ ਹੁੰਦੀ ਹੈ ਜਿਸ ਕਰਨਾ ਡੇਂਗੂ ਦੀ ਬਿਮਾਰੀ ਹੋ ਜਾਂਦੀ ਹੈ ਕੁਐਸਚਨ ਨੰਬਰ 181 ਦੀ ਗੱਲ ਕਰੀਏ ਵਿਸ਼ਵ ਵਾਤਾਵਰਣ ਦਿਨ ਕਦੋਂ ਮਨਾਇਆ ਜਾਂਦਾ ਹੈ ਤਾਂ ਹਰ ਸਾਲ 5 ਜੂਨ ਨੂੰ ਹੈ ਵਿਸ਼ਵ ਵਾਤਾਵਰਣ ਦਿਨ ਮਨਾਇਆ ਜਾਂਦਾ ਹੈ ਕੁਐਸਚਨ ਨੰਬਰ 182 ਦੀ ਗੱਲ ਕਰੀਏ ਹਸਪਤਾਲ ਬਿਚ ਮਿਆਦ ਪੂਗ ਚੁੱਕੀਆਂ ਦਵਾਈਆਂ ਨੂੰ ਕਿਸ ਕਿਸਮ ਦੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ ਤਾਂ ਪੀਲੇ ਕਲਰ ਦੇ ਡਸਟਬਿਨ ਵਿੱਚ ਐਕਸਪਾਇਰ ਦਵਾਈਆਂ ਹੁੰਦੀਆਂ ਜਿਹੜੀ ਉਹਨਾਂ ਨੂੰ ਸੁੱਟਿਆ ਜਾਂਦਾ ਹੈ ਕੁਐਸਚਨ ਨੰਬਰ 183 ਦੇ ਗੱਲ ਕਰੀਏ ਹਸਪਤਾਲ ਵਿੱਚ ਕਿਸ ਰੰਗ ਦੇ ਕੂੜੇਦਾਨ ਵਿੱਚ ਕੱਟੇ ਹੋਏ ਮਨੁੱਖੀ ਅੰਗ ਪਾਏ ਜਾਂਦੇ ਨੇ ਤਾਂ ਇਹ ਵੀ ਪੀਲੇ ਡਸਟਬਿਨ ਵਿੱਚ ਪਾਏ ਜਾਂਦੇ ਆ ਬਸ ਸਾਈਜ਼ ਛੋਟਾ ਵੱਡਾ ਹੁੰਦਾ ਹੈ ਇਹਨਾਂ ਦਾ ਉਕੇ ਦੋਸਤੋ ਅੱਜ ਦੀ ਕਲਾਸ ਆਪਾਂ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਨੈਕਸਟ ਕਲਾਸ ਵਿੱਚ ਐਂਡ ਜੇ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਲੈਣਾ ਚਾਹੁੰਦੇ ਹੋ ਤਾਂ ਜਾ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ WhatsApp ਗਰੁੱਪ ਨੂੰ ਜੁਆਇਨ ਕਰੋ ਉੱਥੇ ਤੁਹਾਨੂੰ ਫ੍ਰੀ ਆਫ ਕੋਸਟ ਇਹ ਪੀਡੀਐਫ ਫਾਈਲ ਜਿਹੜੀ ਉਹ ਸੈਂਡ ਕਰ ਦਿੱਤੀ ਜਾਵੇਗੀ ਐਂਡ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ